ਆਸ਼ਕਾਂ ਦੇ ਸਰਦਾਰ ਕੌਣ ਹੋਏ ਆ ਇਹ ਫੈਸਲਾਬਾਦ ਜਾ ਕੇ ਥੋੜ੍ਹੀ ਜਿਹੀ ਗੱਲ ਬਣਦੀ ਆ ਆਸ਼ਕਾਂ ਦੇ ਸਰਦਾਰ ਕੌਣ ਹੋਏ ਆ ਮੀਆਂ ਮਦਨੀ ਜੰਗਲ ਦੇ ਵਿੱਚ ਕੀ ਦੇਖਦਾ ਤੁਰਿਆ ਜਾ ਰਿਹਾ ਤੇ ਇੱਕ ਕਲੰਦਰ ਦਾ ਰਿੱਛ ਮਰ ਗਿਆ ਨਸੀਬ ਆਖਿਆ ਤੇ ਉਹ ਰਿੱਛ ਦੀ ਲਾਸ਼ ਤੇ ਰੋ ਰਿਹਾ ਲੈ ਲੱਗਾ ਕੋਈ ਕਲੰਦਰ ਨਹੀਂ ਮਗਾ ਲੈ ਲੱਗਾ ਕਿਉਂ ਰੋ ਰਿਹਾ ਭਾਈ ਸਾਹਿਬ ਮਾਦਰ ਤੋਂ ਚਾਹੁੰਦਾ ਤੁਸੀਂ ਮੇਰੇ ਨਾਲ ਕਹਾਂ ਕਿਉਂ ਰੋਂਦਾ ਕਹਿੰਦਾ ਮੇਰਾ ਰਿੱਛ ਮਰ ਗਿਆ ਇੰਨੇ ਪੈਸੇ ਕੋਲ ਹੈ ਨਹੀਂ ਜਿਹੜਾ ਮੈਂ ਜਾ ਕੇ ਖੋਲ ਲਿਆ ਵਾ ਕਹਿੰਦਾ ਅੱਛਾ ਐਦਾਂ ਕਰ ਸਾਡੇ ਯਾਰ ਦਾ ਦਿਦਾਰ ਹੋ ਗਈ ਤੇਰੀ ਰੋਜ਼ੀ ਦਾ ਦਿਦਾਰ ਬਣ ਗਿਆ ਮੇਰਾ ਮੂੰਹ ਕਾਲਾ ਕਰ ਲਾ ਮੇਰੇ ਨੱਕ 'ਚ ਨਕੇਲ ਪਾ ਲਾ ਪਰ ਇੱਕ ਵਾਅਦਾ ਕਰ ਲਾ ਲੈਲਾਂ ਦੇ ਮਾਲਾਂ 'ਚ ਨਹੀਂ ਚਾਹੂੰਗਾ ਚੱਲ ਪਾ ਕੇ ਚੱਲ ਪਾ ਕੇ ਆਹ